सत श्री अकाल दोस्तों, मैं रेशम सिद्धू, तुसीं देख रहे हो के एल फास्ट न्यूज़। पंचायती चोणां नूं लै के पुलिस प्रशासन वालों सख्त हदायत दी जाती है कि अपने लाइसेंसी असले नूं थाने दे विच जमा करवाया जाए, जिस नूं लै के बहुत सारे लोगों वालों असला जमा भी करवाया जाता है। पर इस दे बावजूद भी इलैक्शन दे जित दी खुशी च हवाई फायरिंग करन दे कई मामले सामने आ गए, जिस तों बाद ਇਹ ਸਵਾਲ ਖੜੇ ਹੁੰਦੇ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਆਦੇਸ਼ਾਂ ਦੀਆਂ ਧੱਜੀਆਂ ਕਿਉਂ ਉਡਾਈਆਂ ਜਾ ਰਹੀਆਂ। ਚੋਣਾਂ 'ਚ ਅਮਨ ਸ਼ਾਂਤੀ ਨੂੰ ਕਾਇਮ ਬਣਾ ਕੇ ਰੱਖਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਅਸਲੇ ਨੂੰ ਜਮ੍ਹਾਂ ਕਰਵਾਉਣ ਦੀ ਹਦਾਇਤ ਦਿੱਤੀ ਜਾਂਦੀ ਹੈ। ਇਸ ਦੇ ਬਾਵਜੂਦ ਵੀ ਕੁਝ ਲੋਕ ਅਸਲੇ ਨੂੰ ਪੁਲਿਸ ਕੋਲ ਜਮ੍ਹਾਂ ਨਾ ਕਰਵਾ ਕੇ ਆਪਣੇ ਕੋਲ ਰੱਖਦੇ ਹੈ ਅਤੇ ਜਿੱਤ ਦੀ ਖੁਸ਼ੀ ਮਨਾਉਂਦੇ ਹੋਏ ਹਵਾਈ ਫਾਇਰਿੰਗ ਵੀ ਕਰਦੇ ਹੈ। ਇਸੇ ਤਰ੍ਹਾਂ ਕਈ ਹਵਾਈ ਫਾਇਰਿੰਗ ਕਰਨ ਦੇ ਮਾਮਲੇ ਸਾਹਮਣੇ ਆ ਚੁੱਕੇ ਹੈ। 12 ਨਵੰਬਰ ਨੂੰ ਹੋਈਆਂ ਪੰਚਾਇਤੀ ਚੋਣਾਂ 'ਚ ਸਰਪੰਚ ਦੀ ਚੋਣਾਂ 'ਚ ਹਵਾਈ ਫਾਇਰਿੰਗ ਕਰਨ ਦਾ ਮਾਮਲਾ ਪੰਜੂਆਣਾ ਤੋਂ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਵੱਡਾਗੋੜਾ ਪੁਲਿਸ ਨੇ ਮਾਮਲਾ ਵੀ ਦਰਜ ਕੀਤਾ ਸੀ। ਇਸੇ ਤਰ੍ਹਾਂ ਹੀ ਵੱਡਾਗੋੜਾ ਥਾਣਾ ਦੇ ਪਿੰਡ ਬੱਪਾਂ ਵਿੱਚ ਵੀ ਅੱਜ ਜ਼ਿਲ੍ਹਾ ਪਰਿਸ਼ਦ ਦੇ ਚੋਣਾਂ ਦੀ ਜਿੱਤ ਹੋਣ ਤੋਂ ਬਾਅਦ ਹਵਾਈ ਫਾਇਰਿੰਗ ਕਰਨ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਤਰ੍ਹਾਂ ਹਵਾਈ ਫਾਇਰ ਕਰਕੇ ਖੁਸ਼ੀ ਮਨਾਉਣ ਦਾ ਇਹ ਤਰੀਕਾ ਕਿਸੇ ਦੀ ਜਾਨ 'ਤੇ ਭਾਰੀ ਪੈ ਸਕਦਾ ਹੈ, ਪਰ ਦੂਜੇ ਪਾਸੇ ਇਹ ਵੀ ਸਵਾਲ ਖੜ੍ਹੇ ਹੁੰਦੇ ਹੈ ਕਿ ਜਦੋਂ ਪੁਲਿਸ ਪ੍ਰਸ਼ਾਸਨ ਵੱਲੋਂ ਸਾਰੇ ਅਸਲੇ ਜਮ੍ਹਾਂ ਕਰਵਾਉਣ ਦੀ ਸਖਤ ਹਦਾਇਤ ਦਿੱਤੀ ਜਾਂਦੀ ਹੈ, ਪਰ ਇਹਨਾਂ ਨਿਯਮਾਂ ਨੂੰ ਧੱਜੀਆਂ ਉਡਾ ਕੇ ਫਿਰ ਵੀ ਕੁਝ ਲੋਕ ਅਸਲਾ ਆਪਣੇ ਕੋਲ ਰੱਖਦੇ ਆ ਔਰ ਇਸ ਤਰ੍ਹਾਂ ਬੇਖੌਫ ਹੋ ਕੇ ਹਵਾਈ ਫਾਇਰਿੰਗ ਕਰਦੇ ਆ। ਬੱਪਾਂ ਵਿੱਚ ਹਵਾਈ ਫਾਇਰਿੰਗ ਕਰਨ ਦੀ ਵੀਡੀਓ ਵਾਇਰਲ ਹੋਣ ਦਾ ਮਾਮਲਾ ਵੱਡਾਗੋੜ ਪੁਲਿਸ ਕੋਲ ਵੀ ਪਹੁੰਚਿਆ, ਜਿਸ ਨੂੰ ਲੈ ਕੇ ਵੱਡਾਗੋੜਾ ਪੁਲਿਸ ਜਾਂਚ 'ਚ ਜੁੱਟ ਗਈ ਹੈ।